ਛੋਲੇ ਭਟੂਰੇ ਖਰੀਦਣ ਜਾਣਾ ਵਿਅਕਤੀ ਨੂੰ ਪਿਆ ਮਹਿੰਗਾ। ਬਾਲ ਬਾਲ ਬਚੀ ਜਾਨ, ਸਕੂਟੀ ਉੱਤੇ ਆਣ ਡਿੱਗਿਆ ਭਾਰੀ ਭਰਕਮ ਜਰਨੇਟਰ। ਸਾਰੇ ਆਪਣੇ ਆਪ ਹੋ ਗਿਆ ਜੀ, ਜਿਹੜਾ ਹੋ ਜਾਂਦਾ ਜੀ ਹੋ ਗਿਆ, ਨਹੀਂ ਉਸ ਤੋਂ ਪੇਨ ਟੁੱਟ ਕੇ ਨੁਕਸਾਨ ਹੋ ਗਿਆ। ਖਬਰ ਅਬੋਹਰ ਤੋਂ ਆ, ਜਿੱਥੇ ਦੇ ਸਰਕੂਲਰ ਰੋਡ ਉੱਤੇ ਬਣੇ ਜਨਤਾ ਸਵੀਟ ਹਾਊਸ 'ਤੇ ਇੱਕ ਵਿਅਕਤੀ ਛੋਲੇ ਭਟੂਰੇ ਲੈਣ ਗਿਆ, ਲੇਕਿਨ ਉਹ ਇੱਕ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਿਆ। ਦਰਅਸਲ ਸਵੀਟ ਹਾਊਸ ਦੀ ਪਹਿਲੀ ਮੰਜ਼ਿਲ ਉੱਤੇ ਇੱਕ ਜਰਨੇਟਰ ਨੂੰ ਕਰੇਨ ਦੇ ਰਾਹੀਂ ਚੜ੍ਹਾਇਆ ਜਾ ਰਿਹਾ ਸੀ ਤਾਂ ਅਚਾਨਕ ਕਰੇਨ ਦੀ ਪਿੰਨ ਟੁੱਟ ਜਾਂਦੀ ਹੈ ਅਤੇ ਭਾਰੀ ਭਰਕਮ ਜਰਨੇਟਰ ਸਕੂਟਰੀ ਉੱਤੇ ਆਣ ਡਿੱਗਦਾ ਹੈ। ਰਾਹਤ ਦੀ ਗੱਲ ਇਹ ਰਹਿੰਦੀ ਹੈ ਕਿ ਕੁਝ ਸਮਾਂ ਪਹਿਲਾਂ ਹੀ ਉਹ ਵਿਅਕਤੀ ਆ ਜਿਹੜਾ ਉਹ ਸਕੂਟੀ ਤੋਂ ਪਾਸੇ ਹੋਇਆ ਸੀ, ਅਗਰ ਉਹ ਕੁਝ ਪਲ ਲੇਟ ਹੁੰਦਾ ਤਾਂ ਇਹ ਜਰਨੇਟਰ ਉਸਦੇ ਉੱਤੇ ਵੀ ਡਿੱਗ ਸਕਦਾ ਸੀ ਅਤੇ ਉਸਦੀ ਜਾਨ ਵੀ ਇਸ ਹਾਦਸੇ ਦੇ ਵਿੱਚ ਜਾ ਸਕਦੀ ਸੀ। ਤਾਂ ਘਟਨਾ ਤੋਂ ਬਾਅਦ ਉੱਥੇ ਭਾਰੀ ਬਵਾਲ ਹੋਇਆ ਤਾਂ ਪੀੜਿਤ ਵਿਅਕਤੀ ਨੇ ਇਸ ਘਟਨਾ ਨੂੰ ਲੈ ਕੇ ਵੱਡੇ ਸਵਾਲ ਚੁੱਕੇ। ਉਸਨੇ ਕਿਹਾ ਕਿ ਅਜਿਹਾ ਕੰਮ ਭੀੜ ਵਾਲੇ ਇਲਾਕੇ ਵਿੱਚ ਛੁੱਟੀ ਵਾਲੇ ਦਿਨ ਕਰਨਾ ਚਾਹੀਦਾ ਸੀ ਜਾਂ ਫਿਰ ਇਹ ਕੰਮ ਕਰਨ ਵੇਲੇ ਪੂਰੀ ਸਾਵਧਾਨੀਆਂ ਜਿਹੜੀ ਉਹ ਵਰਤਣੀ ਚਾਹੀਦੀ ਸੀ। ਤਾਂ ਦੋਵੇਂ ਧਿਰਾਂ ਨੇ ਜਿਹੜੀਆਂ ਉਹ ਵੀ ਆਹਮੋ ਸਾਹਮਣੇ ਹੋਈਆਂ ਨੇ। ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਵੱਖੋ ਵੱਖ ਲੋਕਾਂ ਦਾ, ਆਓ ਦੇਖਦੇ ਹਾਂ। ਦੋਨੋਂ ਸਾਈਡ ਤੋਂ ਬਲੋਕ ਕਰੋ ਰਸਤਾ ਉਧਰੋਂ ਵੀ ਖੁੱਲ੍ਹਾ ਸੀ ਜਾਂ ਅੱਧੋ ਵੀ ਖੁੱਲ੍ਹਾ ਸੀ, ਕਰੇਨ ਪ੍ਰੋਪਰ ਨਹੀਂ ਲੱਗੀ ਹੋਈ। ਬੰਦਾ ਮਰ ਜਾਂਦਾ, ਕੀ ਕਰ ਲੈਂਦੇ? ਤਰੀਕਾ ਤਾਂ ਗਲਤ ਹੈ ਨਾ ਇਹਨਾਂ ਦਾ। ਤੁਸੀਂ ਬੜੀ ਬਾਜ਼ਾਰ ਦੇ ਵਿੱਚ ਤੁਸੀਂ ਐਸਾ ਕਰੇਨ ਲੈ ਕੇ ਜਨਰੇਟਰ ਲੈ ਕੇ ਆ ਗਏ, ਇਹ ਵੀ ਇਹਨਾਂ ਦਾ ਤਰੀਕਾ ਗਲਤ ਹੈ। ਕਰੇਨ ਲੱਗੀ ਸੀ ਨਾ ਇੱਥੇ ਨਾ ਰੋਕੋ ਵੀ ਅਸੀਂ ਇਹਨਾਂ ਨੇ ਇੱਥੋਂ ਸਾਈਡ ਕਰਕੇ ਉੱਥੇ ਫਿਰ ਲਾ ਦਿੱਤੀ, 4 ਫੁੱਟ ਸਾਈਡ ਤੇ ਕਰਕੇ ਲਾ ਦਿੱਤੀ। ਦੱਸੋ ਇਹਦੇ ਸਾਡੀ ਕੀ ਗਲਤੀ ਹੈ? ਉੱਤੋਂ ਨੁਕਸਾਨ ਨਹੀਂ, 1 ਮਿੰਟ ਤੁਹਾਡਾ ਫਰਜ਼ ਨਹੀਂ ਬੰਦਾ ਇਹਨੂੰ ਬੰਦ ਕਰੋ, ਲੋਕ ਆਇਆ ਜਾਵੇ ਜੀ ਖੜੇ ਆ, ਸਾਡਾ ਰਸਤਾ ਦੂਜੀ ਕਰੇਨ ਸਾਡੀ ਖੜੀ, ਅਸੀਂ ਬਕਾਇਦਾ ਰਸਤਾ ਬੰਦ ਕੀਤਾ ਹੋਇਆ, ਬਕਾਇਦਾ ਇੱਥੇ ਇਹਨਾਂ ਦਾ ਗਾਰਡ ਵੀ ਆ।